द एनालाइट टीवी ਤੇ ਤੁਹਾਡਾ ਸਵਾਗਤ ਹੈ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਹਰ ਖਬਰ ਤੱਕ ਪਹੁੰਚਣ ਲਈ ਬੈਲ ਆਈਕਨ ਦਬਾਉਣਾ ਬਿਲਕੁਲ ਨਾ ਭੁੱਲਿਓ। ਜਲੰਧਰ ਦੇ ਹਾਥ ਪੁਲਿਸ ਨੇ ਇੱਕ ਇਸ ਤਰ੍ਹਾਂ ਦੇ ਗੈਂਗ ਦੇ 7 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਜੋ ਕਿ ਕਈ ਰਾਜਾਂ ਵਿੱਚ ਅਲੱਗ-ਅਲੱਗ ਹਾਈਵੇ ਤੋਂ ਪਸ਼ੂਆਂ ਨੂੰ ਚੋਰੀ ਕਰਨ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਪੁਲਿਸ ਨੇ ਇਨ੍ਹਾਂ ਲੋਕਾਂ ਤੋਂ ਕਈ ਪਸ਼ੂ, ਹਥਿਆਰ ਤੇ ਗੱਡੀਆਂ ਵੀ ਬਰਾਮਦ ਕੀਤੀਆਂ ਹਨ। ਪੁਲਿਸ ਮੁਤਾਬਿਕ ਇਨ੍ਹਾਂ ਲੋਕਾਂ ਨੂੰ ਕਾਬੂ ਕਰਨ ਨਾਲ ਪੰਜਾਬ ਤੇ ਆਸ-ਪਾਸ ਦੇ ਇਲਾਕਿਆਂ ਵਿੱਚ ਪਸ਼ੂ ਚੋਰੀ ਤੇ ਲੁੱਟ ਦੀ ਕਰੀਬ 50 ਤੋਂ ਵੱਧ ਵਾਰਦਾਤਾਂ ਨੂੰ ਟਰੇਸ ਕਰਨ ਵਿੱਚ ਕਾਮਯਾਬੀ ਮਿਲੀ ਹੈ। ਫਿਲਹਾਲ ਪੁਲਿਸ ਇਹਨਾਂ ਤੋਂ ਹੋਰ ਪੁੱਛਤਾਛ ਕਰ ਰਹੀ ਹੈ। ਇਹ ਗੈਂਗ ਮਾਲਵਾ ਔਰ ਦੁਆਬਾ ਦੇ ਏਰੀਏ ਦੇ ਵਿੱਚ, ਈਵਨ ਮਾਝੇ ਦੇ ਵਿੱਚ ਕਾਫੀ ਐਕਟਿਵ ਹੈ। ਔਰ ਬਲਵਿੰਦਰ ਏਲੀਅਸ ਸੋਨੀ ਜਿਹੜਾ ਇਹਦੇ ਖਿਲਾਫ 31 ਮੁਕੱਦਮੇ ਦਰਜ ਹੈ। ਔਰ ਵੱਖ-ਵੱਖ ਥਾਵਾਂ ਤੋਂ ਇਹਨਾਂ ਨੇ ਪਿਸਟਲ ਪੁਆਇੰਟ ਤੇ ਗੱਡੀਆਂ ਖੋਈਆਂ, ਵਾਰਦਾਤਾਂ 'ਚ ਵਰਤ ਕੇ ਉਹਨੂੰ ਅਬੈਂਡਨ ਕਰ ਦਿੰਦੇ ਰਹੇ ਜੋ ਕਿ ਅਲੱਗ-ਅਲੱਗ ਥਾਣਿਆਂ 'ਚ ਬਰਾਮਦ ਹੋਈਆਂ ਲਵਾਰਸ। ਹੁਣ ਅਸੀਂ ਇਹਨਾਂ ਤੋਂ 3 ਵਹੀਕਲਸ ਔਰ 1 ਪੁਆਇੰਟ 315 ਬੋਰ ਦਾ ਪਿਸਤੌਲ ਤੇ ਕਾਰਤੂਸ, 150 ਸੰਗਲ ਤੇ ਜਿਹੜੇ ਆ ਤਕਰੀਬਨ 15 ਪਸ਼ੂ ਜਿਹੜੇ ਆ ਉਹ ਅਸੀਂ ਬਰਾਮਦ ਕਰ ਚੁੱਕੇ ਹਾਂ। ਔਰ ਆਉਣ ਵਾਲੇ ਸਮੇਂ 'ਚ ਇਨਵੈਸਟੀਗੇਸ਼ਨ 'ਚ ਉਮੀਦ ਹੈ ਕਿ ਸਾਰੇ ਬਾਕੀ ਹੋਰ ਵੀ ਬਰਾਮਦਗੀਆਂ ਹੋਣਗੀਆਂ। ਬਿਊਰੋ ਰਿਪੋਰਟ, ਦੀ ਐਨਆਰਆਈ ਟੀਵੀ।